ओम शांति ਅੱਜ 13 1 2024 ਦੀ ਬਾਣੀ ਹੈ। ਬਾਬਾ ਆਖਦੇ ਨੇ ਮਿੱਠੇ ਬੱਚੇ ਮਨੁੱਖੀ ਸਰੀਰ ਦੀ ਉਨਤੀ ਦਾ ਪ੍ਰਬੰਧ ਰਚਦੇ ਆਤਮਾ ਦੀ ਉਨਤੀ ਜਾਂ ਚੜ੍ਹਦੀ ਦਾ ਸਾਧਨ ਬਾਪ ਹੀ ਦੱਸਦੇ ਹੈ। ਇਹ ਬਾਪ ਦੀ ਹੀ ਜ਼ਿੰਮੇਵਾਰੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ। ਸਦਾ ਬੱਚਿਆਂ ਦੀ ਉਨਤੀ ਹੁੰਦੀ ਰਹੇ ਉਸ ਦੇ ਲਈ ਬਾਪ ਕਿਹੜੀ-ਕਿਹੜੀ ਸ਼੍ਰੀਮਤ ਦਿੰਦੇ ਹੈ। ਅਜਵਾਵਾ ਦਾ ਉੱਤਰ ਹੈ ਬੱਚੇ ਆਪਣੀ ਉੰਤੀ ਦੇ ਲਈ ਸਦਾ ਯਾਦ ਦੀ ਯਾਤਰਾ ਵਿੱਚ ਰਹੋ ਯਾਦ ਨਾਲ ਆਤਮਾ ਦੀ ਜੰਕ ਨਿਕਲੇਗੀ ਕਦੇ ਵੀ ਬੀਤੀ ਨੂੰ ਯਾਦ ਨਹੀਂ ਕਰੋ ਅਤੇ ਅੱਗੇ ਵਾਸਤੇ ਕੋਈ ਆਸ ਨਾ ਰੱਖੋ ਸ਼ਰੀਰ ਨਿਰਵਾ ਲਈ ਕਰਮ ਭਾਵੇਂ ਕਰੋ ਪਰ ਜੋ ਵੀ ਸਮਾਂ ਮਿਲੇ ਉਸ ਨੂੰ ਵੇਸਟ ਨਹੀਂ ਕਰੋ ਬਾਪ ਦੀ ਯਾਦ ਵਿੱਚ ਸਮੇਂ ਨੂੰ ਸਫਲ ਕਰੋ ਘੱਟ ਤੋਂ ਘੱਟ 8 ਘੰਟੇ ਈਸ਼ਵਰੀਆ ਸੇਵਾ ਕਰੋ ਤਾਂ ਉਹ ਤੁਹਾਡੀ ਉਨਤੀ ਹੁੰਦੀ ਰਹੇਗੀ ਓਮ ਸ਼ਾਂਤੀ ਰੋਹਾਨੀ ਬਾਪ ਬੈਠ ਰੋਹਾਨੀ ਬੱਚਿਆਂ ਨੂੰ ਅਤੇ ਆਤਮਾ ਨੂੰ ਸਮਝਾਉਂਦੇ ਹੈ ਮਨੁੱਖ ਕਹਿੰਦੇ ਹੈ ਆਤਮਾ ਦੀ ਜ਼ਿੰਮੇਵਾਰੀ ਹੈ ਪਰਮਾਤਮਾ ਦੇ ਉੱਪਰ ਉਹੀ ਸਾਰੀਆਂ ਆਤਮਾ ਦੀ ਉਨਤੀ ਅਤੇ ਮਨ ਦੀ ਸ਼ਾਂਤੀ ਦਾ ਰਸਤਾ ਦੱਸ ਸਕਦੇ ਹੈ ਆਤਮਾ ਰਹਿੰਦੀ ਹੈ ਬਰੂਕੁਟੀ ਵਿੱਚ ਸਭ ਤੋਂ ਨੀਰੀ ਅਕਸਰ ਕਰਕੇ ਬਿਮਾਰੀਆਂ ਹੁੰਦੀਆਂ ਹੈ ਸਰੀਰ ਵਿੱਚ ਇੱਥੇ ਬਰੂਕੁਟੀ ਵਿੱਚ ਨਹੀਂ ਭਾਵੇਂ ਸਿਰ ਵਿੱਚ ਦਰਦ ਹੋਵੇਗਾ ਪਰ ਜਿਹੜਾ ਆਤਮਾ ਦਾ ਤਖਤ ਹੈ ਉੱਥੇ ਕੋਈ ਤਕਲੀਫ ਨਹੀਂ ਹੋਵੇਗੀ ਕਿਉਂਕਿ ਉਸ ਤਖਤ ਤੇ ਆਤਮਾ ਵਿਰਾਜਮਾਨ ਹੈ ਹੁਣ ਆਤਮਾ ਦੀ ਉੰਤੀ ਤੇ ਸ਼ਾਂਤੀ ਦੇਣ ਵਾਲਾ ਸਰਜਨ ਤਾਂ ਇੱਕ ਹੀ ਪਰਮਾਤਮਾ ਹੈ ਜਦੋਂ ਆਤਮਾ ਦੀ ਉੰਤੀ ਹੋਵੇ ਤਾਂ ਉਸ ਨੂੰ ਤੰਦਰੁਸਤੀ ਅਤੇ ਤਨ ਵੀ ਮਿਲੇ ਸਰੀਰ ਨੂੰ ਤਾਂ ਕਿੰਨਾ ਵੀ ਕਰੋ ਉਸ ਨਾਲ ਕੋਈ ਉੰਤੀ ਨਹੀਂ ਹੋਵੇਗੀ ਸਰੀਰ ਵਿੱਚ ਕੋਈ ਨਾ ਕੋਈ ਖਿਟਪਟਲ ਤਾਂ ਹੁੰਦੀ ਰਹਿੰਦੀ ਹੈ ਆਤਮਾ ਦੀ ਉੰਤੀ ਬਾਪ ਦੇ ਸਿਵਾਏ ਕੋਈ ਕਰ ਨਹੀਂ ਸਕਦਾ ਬਾਕੀ ਸਾਰੀ ਉੰਤੀ ਦੁਨੀਆ ਵਿੱਚ ਸਰੀਰ ਦੀ ਉੰਤੀ ਦਾ ਪ੍ਰਬੰਧ ਰਚਦੇ ਹੈ ਬਾਕੀ ਆਤਮਾ ਦੀ ਚੜ੍ਹਦੀ ਕਲਾ ਜਾਂ ਉੰਤੀ ਹੁੰਦੀ ਨਹੀਂ ਹੈ ਉਹ ਤਾਂ ਬਾਪ ਹੀ ਸਿਖਾਉਂਦੇ ਹੈ ਸਾਰਾ ਮਦਾਰ ਆਤਮਾ ਤੇ ਹੈ ਆਤਮਾ ਹੀ ਸੂਣਾ ਕਲਾ ਬੰਦੀ ਹੈ ਇਹ ਆਤਮਾ ਹੀ ਬਿਲਕੁਲ ਕਲਾ ਰਹਿਤ ਹੋ ਜਾਂਦੀ ਹੈ 16 ਕਲਾਵਾਂ ਬੰਤੀਆਂ ਹੈ ਫਿਰ ਕਲਾ ਘਟ ਕਿਵੇਂ ਹੋ ਜਾਂਦੀ ਹੈ ਇਹ ਵੀ ਬਾਪ ਹੀ ਸਮਝਾਉਂਦੇ ਹੈ ਬਾਪ ਕਹਿੰਦੇ ਹੈ ਸਤਜੁਗ ਵਿੱਚ ਤੁਹਾਨੂੰ ਬਹੁਤ ਸੁਖਸੀ ਆਤਮਾ ਚੜਦੀ ਕਲਾ ਵਿੱਚ ਸੀ ਅਤੇ ਹੋਰ satsanga ਵਿੱਚ ਆਤਮਾ ਦੀ ਉਨਤੀ ਕਿਵੇਂ ਹੋਵੇ ਇਹ ਗੱਲ ਨਹੀਂ ਸਮਝਾਈ ਜਾਂਦੀ ਹੈ ਉਹ ਜਸਮਾਨੀ ਨਸ਼ੇ ਵਿੱਚ ਰਹਿੰਦੇ ਹੈ ਦੇਹ ਅਭਿਮਾਨ ਹੈ ਬਾਪ ਤੁਹਾਨੂੰ ਦੇਹੀ ਅਭਿਮਾਨੀ ਬਣਾਉਂਦੇ ਹੈ ਆਤਮਾ ਜੋ ਤੁਮੋਂ ਪ੍ਰਦਾਨ ਬਣੀ ਹੈ ਉਸ ਨੂੰ ਸਤੋਂ ਪ੍ਰਦਾਨ ਬਣਾਉਣਾ ਹੈ ਇੱਥੇ ਸਭ ਹੈ ਰੋਹਾਨੀ ਗੱਲਾਂ ਉੱਥੇ ਹੈ ਜਸਮਾਨੀ ਗੱਲਾਂ ਸਰਜਨ ਲੋਕ ਇੱਕ ਦਿਨ ਇੱਕ ਦਿਲ ਕੱਢ ਦੂਸਰਾ ਪਾ ਦਿੰਦੇ ਹੈ ਉਹਨਾਂ ਦਾ ਆਤਮਾ ਨਾਲ ਕੋਈ ਤਾਲੁਕ ਨਹੀਂ ਆਤਮਾ ਤਾਂ ਪ੍ਰਕੁਟੀ ਵਿੱਚ ਰਹਿੰਦੀ ਹੈ ਉਸ ਦਾ ਆਪਰੇਸ਼ਨ ਆਦੀ ਕੁਝ ਨਹੀਂ ਹੁੰਦਾ ਅੱਛਾ ਬਾਪ ਸਮਝਾਉਂਦੇ ਹੈ ਕਿ ਆਤਮਾ ਦੀ ਉਨਤੀ ਤਾਂ ਇੱਕ ਹੀ ਵਾਰ ਹੁੰਦੀ ਹੈ ਆਤਮਾ ਜਦੋਂ ਤਮੋ ਪ੍ਰਦਾਨ ਹੋ ਜਾਂਦੀ ਹੈ ਤਾਂ ਆਤਮਾ ਦੀ ਉንਤੀ ਕਰਨ ਵਾਲਾ ਬਾਪ ਆਉਂਦਾ ਹੈ ਉਹਨਾਂ ਤੋਂ ਬਿਨਾ ਕਿਸੇ ਵੀ ਆਤਮਾ ਦੀ ਚੜ੍ਹਦੀ ਕਲਾ ਹੋ ਨਹੀਂ ਸਕਦੀ ਬਾਪ ਕਹਿੰਦੇ ਹੈ ਇਹ ਛੀਛੀ ਤਮੋ ਪ੍ਰਦਾਨ ਆਤਮਾ ਮੇਰੇ ਕੋਲ ਆ ਨਹੀਂ ਸਕਦੀਆਂ ਤੁਹਾਡੇ ਕੋਲ ਕਦੇ ਕੋਈ ਆਉਂਦਾ ਹੈ ਤਾਂ ਕਹਿੰਦੇ ਹੈ ਸ਼ਾਂਤੀ ਕਿਵੇਂ ਮਿਲੇ ਅਤੇ ਉንਤੀ ਕਿਸ ਤਰ੍ਹਾਂ ਹੋਵੇ ਪਰੰਤੂ ਇਹ ਨਹੀਂ ਜਾਣਦੇ ਕਿ ਅਸੀਂ ਉንਤੀ ਤੋਂ ਬਾਅਦ ਕਿੱਥੇ ਜਾਵਾਂਗੇ ਕੀ ਹੋਵੇਗਾ ਪੁਕਾਰਦੇ ਰਹਿੰਦੇ ਹੈ ਪਾਤਿਤ ਤੋਂ ਪਾਵਨ ਬਣਾਓ ਜੀਵਨ ਮੁਕਤੀ ਤਾਂ ਵਿੱਚ ਲੈ ਜਾਵੋ ਤਾਂ ਆਤਮਾ ਨੂੰ ਹੀ ਲੈ ਜਾਣਗੇ ਨਾ ਸਰੀਰ ਤਾਂ ਇੱਥੇ ਖਤਮ ਹੋ ਜਾਣਗੇ ਪਰੰਤੂ ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ ਇਹ ਹੈ ਈਸ਼ਵਰੀਅ ਮਤ ਬਾਕੀ ਉਹ ਸਾਰੀ ਹੈ ਮਨੁੱਖੀ ਮਤ ਈਸ਼ਵਰੀਅ ਮਤ ਨਾਲ ਇੱਕਦਮ ਆਸਮਾਨ ਵਿੱਚ ੱਚੜ ਜਾਂਦੇ ਸੁਖ ਧਾਮ ਸ਼ਾਂਤੀ ਧਾਮ ਵਿੱਚ ਫਿਰ ਡਰਾਮੇ ਅਨੁਸਾਰ ਹੇਠਾਂ ਵੀ ਉਤਰਨਾ ਹੀ ਹੈ ਆਤਮਾ ਦੀ ਉੰਤੀ ਦੇ ਲਈ ਬਾਪ ਦੇ ਸਿਵਾਏ ਹੋਰ ਕੋਈ ਸਰਜਨ ਨਹੀਂ ਸਰਜਨ ਫਿਰ ਤੁਹਾਨੂੰ ਆਪ ਸਮਾਨ ਬਣਾਉਂਦੇ ਹੈ ਕੋਈ ਤਾਂ ਬਹੁਤਿਆਂ ਦੀ ਉੰਤੀ ਚੰਗੀ ਕਰਦੇ ਹੈ ਕੋਈ ਮੀਡੀਅਮ ਅਤੇ ਕੋਈ ਕੋਈ ਥਰਡ ਹੋਰ ਦਾ ਦੀ ਉੰਤੀ ਕਰਦੇ ਹੈ ਆਤਮਾਵਾਂ ਦੀ ਉੰਤੀ ਦਾ ਜਵਾਬदार ਹੈ ਹੀ ਇੱਕ ਬਾਪ ਦੁਨੀਆ ਵਿੱਚ ਕਿਸੇ ਨੂੰ ਪਤਾ ਨਹੀਂ ਹੈ ਬਾਪ ਕਹਿੰਦੇ ਹੈ ਇਹਨਾਂ ਸਾਧੂਆਂ ਆਦੀ ਦਾ ਉਧਾਰ ਕਰਨ ਮੈਨੂੰ ਆਉਣਾ ਪੈਂਦਾ ਹੈ ਪਹਿਲੇ ਜਦੋਂ ਆਤਮਾ ਆਉਂਦੀ ਹੈ ਤਾਂ ਪਵਿੱਤਰ ਹੀ ਆਉਂਦੀ ਹੈ ਹੁਣ ਬਾਪ ਆਏ ਹੈ ਸਭ ਦੀ ਉਨਤੀ ਕਰਨ ਲਈ ਨੰਬਰ ਬਾਹ ਪ੍ਰਸਾਰਥ ਅਨੁਸਾਰ ਤੁਹਾਡੀ ਦੇਖੋ ਕਿੰਨੀ ਉਨਤੀ ਹੋ ਜਾਂਦੀ ਹੈ ਉੱਥੇ ਤੁਹਾਨੂੰ ਸਰੀਰ ਦੀ ਫਰਸਟ ਕਲਾਸ ਮਿਲਦਾ ਹੈ ਬਾਪ ਹੈ ਹੀ ਅਵਿਨਾਸ਼ੀ ਸਰਜਣ ਉਹੀ ਆਕੇ ਤੁਹਾਡੀ ਉਨਤੀ ਕਰਦੇ ਹੈ ਤਾਂ ਤੁਸੀਂ ਉੱਚ ਤੇ ਉੱਚ ਆਪਣੇ ਸਵੀਟ ਹੋਮ ਵਿੱਚ ਚਲੇ ਜਾਓਗੇ ਓ ਲੋਕ ਮੂਨ ਤੇ ਜਾਂਦੇ ਹੈ ਅਵਿਨਾਸ਼ੀ ਸਰਜਨ ਤੁਹਾਨੂੰ ਉਨਤੀ ਪ੍ਰਾਪਤ ਕਰ ਲਈ ਕਹਿੰਦੇ ਹੈ ਮਮੇ ਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਬਾਪ ਵਿਸ਼ਵ ਦੇ ਬੱਚਿਆਂ ਨੂੰ ਲਿਵਰੇਟ ਕਰਦੇ ਹੈ ਜਦੋਂ ਤੁਸੀਂ ਸਵਰਗ ਵਿੱਚ ਜਾਓਗੇ ਤਾਂ ਸਭ ਸ਼ਾਂਤੀ ਤਾਂ ਵਿੱਚ ਹੋਣਗੇ ਬਾਪ ਕਿੰਨਾ ਵੰਡਰਫੁਲ ਕੰਮ ਕਰਦੇ ਹੈ ਕਮਾਲ ਹੈ ਬਾਪ ਦੀ ਤਾਂ ਕਹਿੰਦੇ ਹੈ ਤੁਹਾਡੀ ਗਤ ਮਤ ਤੁਸੀਂ ਹੀ ਜਾਣੋ ਆਤਮਾ ਵਿੱਚ ਹੀ ਮਤ ਹੈ ਆਤਮਾ ਅਲੱਗ ਹੋ ਜਾਵੇ ਤਾਂ ਮਤ ਮਿਲ ਨਾ ਸਕੇ ਈਸ਼ਵਰੀ ਮਤ ਨਾਲ ਚੜਦੀ ਕਲਾ ਮਨ ਮਤ ਨਾਲ ਉਤਰਦੀ ਕਲਾ ਹੋਈ ਹੈ ਇਹ ਵੀ ਡਰਾਮੇ ਵਿੱਚ ਨੂਦ ਹੈ ਉਹ ਲੋਕ ਸਮਝਦੇ ਹੈ ਹੁਣ ਸਵਰਗ ਬਣ ਗਿਆ ਹੈ ਅੱਗੇ ਚੱਲ ਕੇ ਪਤਾ ਲੱਗੇਗਾ ਕਿ ਇਹ ਨਰਕ ਹੈ ਜਾਂ ਸਵਰਗ ਭਾਸ਼ਾ ਦੇ ਉੱਪਰ ਕਿੰਨੇ ਹਗਾਮੇ ਕਰਦੇ ਹੈ ਦੁਖੀ ਹੈ ਨਾ ਸਵਰਗ ਵਿੱਚ ਦੁੱਖ ਹੁੰਦਾ ਨਹੀਂ ਅਰਥ ਕਵੇਕ ਵੀ ਨਹੀਂ ਹੋਵੇਗੀ ਹੁਣ ਪੁਰਾਣੀ ਦੁਨੀਆ ਦਾ ਵਿਨਾਸ਼ ਹੋਣਾ ਹੈ ਫਿਰ ਸਵਰਗ ਬਣ ਜਾਵੇਗਾ ਫਿਰ ਆਧਾ ਕਲਪ ਉਹ ਵੀ ਗੁਮ ਹੋ ਜਾਂਦਾ ਹੈ ਕਹਿੰਦੇ ਹੈ ਦਵਾਰਿਕਾ ਸਾਗਰ ਦੇ ਹੇਠਾਂ ਵਿੱਚ ਚਲੀ ਗਈ ਸੋਨੇ ਦੀਆਂ ਚੀਜ਼ਾਂ ਹੇਠਾਂ ਦਬ ਗਈਆਂ ਹੈ ਸੋ ਤਾਂ ਜ਼ਰੂਰ ਅਰਥਗਵੇਕ ਨਾਲ ਹੇਠਾਂ ਜਾਣ ਗਿਆ ਸਮੁੰਦਰ ਨੂੰ ਥੋੜੇ ਹੀ ਪੁਟਕੇ ਕੱਢਣਗੇ ਧਰਤੀ ਨੂੰ ਪੁੱਟਦੇ ਹੈ ਉੱਥੋਂ ਮਾਲ ਕਢਦੇ ਹੈ ਬਾਪ ਕਹਿੰਦੇ ਹੈ ਮੈਂ ਸਭ ਦਾ ਉਪਕਾਰ ਕਰਦਾ ਹਾਂ ਮੇਰਾ ਫਿਰ ਸਾਰੇ અપਕਾਰ ਕਰਦੇ ਗਾਲੀ ਦਿੰਦੇ ਹੈ ਮੈਂ ਤੇ અપਕਾਰੀ ਦਾ ਵੀ ਉਪਕਾਰ ਕਰਦਾ ਹਾਂ ਤੇ ਮੇਰੀ ਜਰੂਰ ਮਹਿਮਾ ਹੋਣੀ ਚਾਹੀਦੀ ਹੈ ਭਗਤੀ ਮਾਰਗ ਵਿੱਚ ਦੇਖੋ ਕਿੰਨੇ ਕਿੰਨਾ ਮਾਨ ਹੈ ਤੁਸੀਂ ਬੱਚੇ ਵੀ ਬਾਪ ਦੀ ਕਿੰਨੀ ਮਹਿਮਾ ਕਰਦੇ ਹੋ ਚਰਿੱਤਰ ਵਿੱਚ 32 ਗੁਣ ਦਿਖਾਏ ਹੈ ਹੁਣ ਤੁਸੀਂ ਵੀ ਬਾਪ ਮੰਗ ਗੁਣਵਾਨ ਬਣ ਰਹੇ ਹੋ ਤਾਂ ਕਿੰਨਾ ਪ੍ਰਸ਼ਾਰਥ ਕਰਨਾ ਚਾਹੀਦਾ ਹੈ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਬਹੁਤ ਹਾਈਸਟ ਬਾਪ ਪੜਾਉਂਦੇ ਹੈ ਤਾਂ ਹੋਰ ਜ਼ਰੂਰ ਪੜਨਾ ਚਾਹੀਦਾ ਹੈ ਇਹ ਅਵਿਨਾਸ਼ੀ ਬਾਪ ਹੀ ਵੀ ਹੈ ਟੀਚਰ ਵੀ ਹੈ ਪਿਛੋਂ ਦੀ ਆਉਣ ਵਾਲੇ ਪੁਰਾਣਿਆਂ ਤੋਂ ਵੀ ਤਿੱਖੇ ਜਾ ਰਹੇ ਹੈ ਹੁਣ ਤੁਸੀਂ ਦੁਨੀਆ ਦੀ ਉੰਤੀ ਹੋ ਰਹੀ ਹੈ ਬਾਪ ਦੁਆਰਾ ਸ਼੍ਰੀ ਕ੍ਰਿਸ਼ਨ ਨੂੰ ਵੀ ਗੁਣਵਾਨ ਬਣਾਉਣ ਵਾਲਾ ਬਾਪ ਹੈ ਸਭ ਨੂੰ ਦੇਣ ਵਾਲਾ ਬਾਕੀ ਸਾਰੇ ਲੰਦੇ ਹੈ ਇਹ ਘਰਾਨਾ ਬਣ ਰਿਹਾ ਹੈ ਨੰਬਰ ਵਾਰ ਪ੍ਰਸਾਰਥ ਅਨੁਸਾਰ ਬੇਹੱਦ ਦਾ ਬਾਪ ਦੇਖੋ ਕਿੰਨਾ ਮਿੱਠਾ ਅਤੇ ਕਿੰਨਾ ਪਿਆਰਾ ਹੈ ਉੱਚੇ ਤੇ ਉੱਚਾ ਬਾਪ ਦੁਆਰਾ ਸਭ ਦੀ ਉਮਤੀ ਹੋ ਰਹੀ ਹੈ ਬਾਕੀ ਤਾਂ ਸਭ ਨੇ ਸੀੜੀ ਮਾਰਾ ਪੌੜੀ ਉਤਰਨੀ ਹੈ ਕਮਾਲ ਹੈ ਬਾਪ ਦੀ ਭਾਵੇਂ ਖਾਓ ਪੀਓ ਸਭ ਕੁਝ ਕਰੋ 바ਵਾ ਦੇ ਗੁਣ ਗਾਓ ਇਸ ਤਰ੍ਹਾਂ ਨਹੀਂ ਕਿ 바ਵਾ ਦੀ ਯਾਦ ਵਿੱਚ ਰਹਿਣ ਨਾਲ ਖਾਣਾ ਨਹੀਂ ਖਾਣਾ ਨਹੀਂ ਖਾ ਸਕਦੇ ਰਾਤ ਨੂੰ ਫੁਰਸਤ ਬਹੁਤ ਮਿਲਦੀ ਹੈ 8 ਘੰਟੇ ਦਾ ਫੁਰਸਤ ਹੈ ਬਾਬ ਕਹਿੰਦੇ ਹੈ ਘੱਟ ਤੋਂ ਘੱਟ 8 ਘੰਟੇ ਇਸ ਸਰਕਾਰ ਦੀ ਸਰਵਿਸ ਕਰੋ ਜੋ ਵੀ ਆਵੇ ਉਸ ਨੂੰ ਆਤਮਾ ਦੀ ਉੰਤਲੇ ਰਸਤਾ ਦੱਸੋ ਜੀਵਨ ਮੁਕਤੀ ਮਤਲਬ ਵਿਸ਼ਵ ਦਾ ਮਾਲਿਕਤਾ ਤੇ ਮੁਕਤੀ ਮਤਲਬ ਬ੍ਰਹਮੰਡ ਦਾ ਮਾਲਿਕ ਇਹ ਸਮਝਾਉਣਾ ਤਾਂ ਸਹਿਜ ਹੈ ਨਾ ਪਰੰਤੂ ਤਕਦੀਰ ਵਿੱਚ ਨਹੀਂ ਹੈ ਤਾਂ ਤਦਵੀਰ ਕੀ ਕਰ ਸਕੇਗਾ ਬਾਪ ਸਮਝਾਉਂਦੇ ਹੈ ਕਿ ਬਾਪ ਦੀ ਯਾਦ ਤੋਂ ਸਿਵਾਏ ਆਤਮਾ ਦੀ ਜੰਗ ਕੰਨ ਨਿਕਲ ਨਹੀਂ ਸਕਦੀ ਭਾਵੇਂ ਗਿਆਨ ਸਾਰੇ ਦਿਨ ਸੁਣਾਓ ਪਰ ਆਤਮਾ ਦੀ ਉੰਤੀ ਦਾ ਸਾਧਨ ਯਾਦ ਤੇ ਸਿਵਾਏ ਹੋਰ ਕੋਈ ਨਹੀਂ ਬਾਪ ਬੱਚਿਆਂ ਨੂੰ ਬੜੇ ਪਿਆਰ ਨਾਲ ਰੋਜ਼ ਰੋਜ਼ ਸਮਝਾਉਂਦੇ ਹੈ ਪਰੰਤੂ ਆਪਣੇ ਉੰਤੀ ਕਰਦੇ ਹੈ ਜਾਂ ਨਹੀਂ ਕਰਦੇ ਉਹ ਹਰੇਕ ਖੁਦ ਹੀ ਸਮਝ ਸਕਦੀ ਹੈ ਇਹ ਸਿਰਫ ਤੁਸੀਂ ਨਹੀਂ ਸੁਣਦੇ ਹੋ ਸਾਰੇ ਸੈਂਟਰਸ ਦੇ ਬੱਚੇ ਸੁਣਦੇ ਹੈ ਇਹ ਟੇਪ ਰਖਣੀ ਹੈ ਇਹ ਵੀ ਆਪਣੇ ਵਿੱਚ ਆਵਾਜ਼ ਭਰ ਕੇ ਸਰਵਿਸ ਤੇ ਜਾਂਦੀ ਹੈ ਇਹ ਬਹੁਤ ਸਰਵਿਸ ਦਿੰਦੀ ਹੈ ਬੱਚੇ ਸਮਝਦੇ ਹੈ ਅਸੀਂ ਸ਼ਿ巴巴 ਨੂੰ ਸੁਣ ਸੁਣਦੇ ਹਾਂ ਤੁਹਾਡੇ ਦੁਆਰਾ ਸੁਣ ਨਾਲ ਇਨਡਾਇਰੈਕਟ ਹੋ ਜਾਂਦਾ ਹੈ ਫਿਰ ਇੱਥੇ ਆਉਂਦੇ ਹੈ ਡਾਇਰੈਕਟ ਸੁਣਨ ਦੇ ਲਈ ਫਿਰ 바ਵਾ ਬ੍ਰਹਮ ਮੁਖ ਦੁਆਰਾ ਸੁਣਾਦੇ ਹੈ ਅਤੇ ਮੁਖ ਦੁਆਰਾ ਗਿਆਨ ਅਮਰਤ ਦਿੰਦੇ ਹੈ ਇਸ ਸਮੇ ਸਾਰੀ ਦੁਨੀਆ ਤਮੋ ਪ੍ਰਦਾਨ ਹੋ ਗਈ ਹੈ ਤਾਂ ਉਸ ਤੇ ਗਿਆਨ ਦਾ ਮੀ ਪੈਣਾ ਚਾਹੀਦਾ ਹੈ ਇਹ ਪਾਣੀ ਦਾ ਮੀ ਤਾਂ ਬਹੁਤ ਪੈਂਦਾ ਹੈ ਹੁਣ ਪਾਣੀ ਨਾਲ ਤਾਂ ਕੋਈ ਭਾਵਨ ਬਣ ਨਹੀਂ ਸਕਦਾ ਇਹ ਸਾਰੀਆਂ ਗਿਆਨ ਦੀਆਂ ਗੱਲਾਂ ਹੈ ਬਾਪ ਕਹਿੰਦੇ ਹੈ ਕਿ ਹੁਣ ਜਾ ਕੋ ਮੈਂ ਤੁਹਾਨੂੰ ਸ਼ਾਂਤੀ ਤਾਮ ਲੈ ਜਾਂਦਾ ਹਾਂ ਆਤਮਾ ਦੀ ਉਨਤੀ ਵੀ ਇਸ ਵਿੱਚ ਹੈ ਬਾਕੀ ਸਭ ਹੈ ਜਿਸਮਾਨੀ ਗੱਲਾਂ ਰੋਹਾਨੀ ਗੱਲਾਂ ਸਿਰਫ ਤੁਸੀਂ ਸੁਣਦੇ ਹੋ ਪਦਮਪਤੀ ਭਗਯਸ਼ਾਲੀ ਸਿਰਫ ਤੁਸੀਂ ਬੰਦੇ ਹੋ ਬਾਪ ਹੈ ਗਰੀਬ ਨਵਾਜ਼ ਗਰੀਬ ਹੀ ਸੁਣਦੇ ਹੈ ਤਾਂ ਬਾਪ ਕਹਿੰਦੇ ਹੈ ਅਹਿਲਿਆਮਾਂ ਤੇ ਗਣਿਕਾਵਾਂ ਨੂੰ ਵੀ ਸਮਝਾਓ ਸਤਜੁਗ ਵਿੱਚ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਉਹ ਹੈ ਬਿਹਦਾ ਸ਼ਿਵਾਲਯ ਹੁਣ ਹੈ ਬਿਹਦਾ ਵੈਸ਼ਾਲਯ ਬਿਲਕੁਲ ਹੀ ਤੁਮੋ ਪ੍ਰਦਾਨ ਹੈ ਇਸ ਤੋਂ ਜ਼ਿਆਦਾ ਮਾਰਜਨ ਨਹੀਂ ਹੈ ਹੁਣ ਇਸ ਪਵਿੱਤਰ ਦੁਨੀਆ ਨੇ ਬਦਲਣਾ ਹੈ ਹੁਣ ਇਸ ਪਾਤਿਤ ਦੁਨੀਆ ਨੇ ਬਦਲਣਾ ਹੈ ਭਾਰਤ ਵਿੱਚ ਰਾਮ ਰਾਜ ਤੇ ਰਾਵਨ ਰਾਜ ਹੁੰਦਾ ਹੈ ਜਦੋਂ ਅਨੇਕ ਧਰਮ ਹੋ ਜਾਂਦੇ ਹੈ ਤਾਂ ਅਸ਼ਾਂਤੀ ਹੋ ਜਾਂਦੀ ਹੈ ਲੜਾਈ ਤਾਂ ਲੱਗਦੀ ਹੀ ਰਹਿੰਦੀ ਹੈ ਹੁਣ ਤਾਂ ਬੜੇ ਜ਼ੋਰ ਨਾਲ ਲੜਾਈ ਲੱਗੇਗੀ ਬੜੀ ਭਿਆਨਕ ਲੜਾਈ ਲੱਗੇ ਫਿਰ ਬੰਦ ਹੋ ਜਾਵੇਗੀ ਕਿਉਂਕਿ ਰਜਾਈ ਦੀ ਸਥਾਪਨਾ ਹੋਵੇ ਤੇ ਕਰਮਾ ਤਿਤ ਅਵਸਥਾ ਵੀ ਹੋਵੇ ਹਲੇ ਤਾਂ ਕੋਈ ਕਹਿ ਨਹੀਂ ਸਕਦਾ ਉਹ ਅਵਸਥਾ ਆਵੇਗੀ ਤਾਂ ਪੜਾਈ ਪੂਰੀ ਹੋ ਜਾਵੇਗੀ ਫਿਰ ਟਰਾਂਸਫਰ ਹੋ ਜਾਣਾ ਜਾਣਗੇ ਆਪਣੇ ਪ੍ਰਸਾਰਥ ਅਨੁਸਾਰ ਇਸ ਬੰਬੂਰ ਨੂੰ ਅੱਗ ਦਾ ਜੋ ਲੱਗਣੀ ਹੈ ਫਟਾਫਟ ਵਿਨਾਸ਼ ਹੋ ਜਾਵੇਗਾ ਉਸ ਨੂੰ ਖੂਨੇ ਨਾਇਕ ਖੇਡ ਕਿਹਾ ਜਾਂਦਾ ਹੈ ਨਾਇਕ ਸਭ ਮਰ ਜਾਣਗੇ ਖੂਨ ਦੀਆਂ ਨਦੀਆਂ ਵਗਣਗੀਆਂ ਫਿਰ ਕਿਉ ਦੁੱਧਾਂ ਦੀਆਂ ਵਗਣਗੀਆਂ ਹਹਾਕਾਰ ਤੋਂ ਬਾਅਦ ਜਜਕਾਰ ਹੋਵੇਗੀ ਬਾਕੀ ਸਾਰੇ ਅਗਿਆਨ ਦੀ ਨਿੰਦਰਾ ਵਿੱਚ ਸੁੱਤੇ-ਸੁੱਤੇ ਖਤਮ ਹੋ ਜਾਣਗੇ ਬੜੀ ᔪਕਤੀ ਨਾਲ ਸਥਾਪਨਾ ਹੁੰਦੀ ਹੈ ਬਿਗੜ ਵੀ ਪੈਣਗੇ ਅਤੇ ਅਤਿਆਚਾਰ ਵੀ ਹੋਣਗੇ ਹੁਣ ਮਾਤਾਵਾ ਦੁਆਰੇ ਸਵਰਗ ਦਾ ਦਵਾਰ ਖੁੱਲਦਾ ਹੈ ਹੈ ਤੇ ਪੁਰਖ ਵੀ ਬੜੇ ਪਰ ਮਾਤਾਵਾ ਦੁਆਰੇ ਜਨਮ ਮਿਲਦਾ ਹੈ ਤਾਂ ਉਹਨਾਂ ਨੂੰ ਪੁਰਖਾਂ ਨਾਲੋਂ ਜ਼ਿਆਦਾ ਇਜ਼ਾਫਾ ਮਿਲਦਾ ਹੈ ਸਵਰਗ ਵਿੱਚ ਤਾਂ ਨੰਬਰ ਵਾਰ ਸਾਰੇ ਜਾਣਗੇ ਕੋਈ ਦੋ ਜਨਮ ਪੁਰਖ ਦੇ ਵੀ ਲੈ ਸਕਦੇ ਹੈ ਕਿਸਾਬ ਕਿਤਾਬ ਜੋ ਡਰਾਮੇ ਵਿੱਚ ਨੂਦ ਮਨਾ ਦਰਜ ਹੈ ਉਹੀ ਹੁੰਦਾ ਹੈ ਆਤਮਾ ਦੀ ਉਨਤੀ ਹੋਣ ਕਾਰਨ ਕਿੰਨਾ ਫਰਕ ਪੈ ਜਾਂਦਾ ਹੈ ਕੋਈ ਤਾਂ ਇੱਕਦਮ ਹਾਈਐਸਟ ਬਣ ਜਾਂਦੇ ਕੋਈ ਤਾਂ ਬਿਲਕੁਲ ਲੋਐਸਟ ਕਿੱਥੇ ਰਾਜਾ ਤੇ ਕਿੱਥੇ ਪ੍ਰਜਾ ਮਿੱਠੇ ਮਿੱਠੇ ਬੱਚਿਆਂ ਨੂੰ ਬਾਪ ਸਮਝਾਉਂਦੇ ਹੈ ਹੁਣ ਪ੍ਰਸ਼ਾਰਤ ਕਰੋ ਜੋਗ ਨਾਲ ਪਵਿੱਤਰ ਬਣੋ ਤਾਂ ਧਾਰਨਾ ਹੋਵੇ ਮੰਜ਼ਿਲ ਬਹੁਤ ਉੱਚੀ ਹੈ ਆਪਣੇ ਨੂੰ ਆਤਮਾ ਸਮਝ ਬਹੁਤ ਪਿਆਰ ਨਾਲ ਬਾਪ ਨੂੰ ਯਾਦ ਕਰੋ ਆਤਮਾ ਦਾ ਪਰਮਾਤਮਾ ਨਾਲ ਪਿਆਰ ਹੈ ਇਹ ਹੈ ਰੋਹਾਨੀ ਲਵ ਮਨਾਂ ਪਿਆਰ ਜਿਸ ਨਾਲ ਆਤਮਾ ਦੀ ਉਨਤੀ ਹੁੰਦੀ ਹੈ ਜਿਸਮਾਨੀ ਪਿਆਰ ਨਾਲ ਡਿੱਗ ਜਾਂਦੇ ਹੈ ਤਕਦੀਰ ਵਿੱਚ ਨਹੀਂ ਤਾਂ ਭਗੰਤੀ ਹੋ ਜਾਂਦੇ ਹੈ ਜਗ ਦੀ ਬੜੀ ਸੰਭਾਲ ਚਾਹੀਦੀ ਹੈ ਮਾਤਾ ਮਾਂ ਦੀ ਪਾਈ ਪਾਈ ਨਾਲ ਜਗ ਦੀ ਸਰਵਿਸ ਹੋ ਰਹੀ ਹੈ ਇੱਥੇ ਗਰੀਬ ਹੀ ਸਹੂਕਰ ਬਣਦੇ ਹੈ ਸਾਰਾ ਮਦਾਰ ਪੜਾਈ ਤੇ ਹੈ ਤੁਸੀਂ ਹੁਣ ਸਦਾ ਸੁਹਾਗਣ ਬਣਦੀ ਹੋ ਇਸ ਸਾਰਿਆਂ ਨੂੰ ਮਹਿਸੂਸ ਹੁੰਦਾ ਹੈ ਮਣਾਦਾ ਦਾਣਾ ਬੰਡ ਵਾਲਿਆਂ ਨੂੰ ਕਿੰਨੀ ਚੰਗੀ ਫੀਲਿੰਗ ਚਾਹੀਦੀ ਹੈ ਸ਼ਿਵ 바ਵਾ ਨੂੰ ਯਾਦ ਕਰਦੇ ਸਰਵਿਸ ਕਰਦੇ ਰਹੋ ਤਾਂ ਬਹੁਤ ਉਨਤੀ ਹੋ ਸਕਦੀ ਹੈ ਸ਼ਿਵ 바ਵਾ ਦੀ ਸਰਵਿਸ ਵਿੱਚ ਸਰੀਰ ਵੀ ਨਛਾ ਵਰ ਕਰਨਾ ਚਾਹੀਦਾ ਹੈ ਸਾਰਾ ਦਿਨ ਨਛਾ ਰਣਾ ਚਾਹੀਦਾ ਰਹੇ ਇਹ ਮਸੀਦਾ ਕਰ ਨਹੀਂ ਹੈ ਦੇਖਣਾ ਹੈ ਅਸੀਂ ਕਿੰਨੀ ਉਨਤੀ ਕੀਤੀ ਹੈ 바ਵਾ ਕਹਿੰਦੇ ਹੈ ਬੀਤੀ ਨੂੰ ਯਾਦ ਨਾ ਕਰੋ ਅੱਗੇ ਦੀ ਕੋਈ ਆਸ ਨਾ ਰੱਖੋ ਸ਼ਰੀਰ ਨਿਰਵਾਾਸਤੇ ਕਰਮ ਤਾ ਕਰਨਾ ਹੈ ਜੋ ਸਮੇਂ ਮਿਲੇ ਉਸ ਵਿੱਚ ਬਾਪ ਨੂੰ ਯਾਦ ਕਰੋ ਤਾਂ ਵੀ ਕਰਮ ਵਿਨਾਸ਼ ਹੋ ਜਾਣਗੇ 바ਵਾ ਬੰਦੇਲੀਆਂ ਨੂੰ ਵੀ ਸਮਝਾਉਂਦੇ ਹੈ ਕਿ ਤੁਸੀਂ ਪਤੀ ਨੂੰ ਬੜੇ ਪਿਆਰ ਨਾਲ ਸਮਝਾਉਣਾ ਹੈ ਕੋਈ ਮਰੇ ਤਾਂ ਉਹਨਾਂ ਦੇ ਫੁੱਲਾਂ ਦੀ ਵਰਿਸ਼ ਕਰੋ ਖੁਦ ਨੂੰ ਬਚਾਉਣ ਦੀ ਬੜੀ ਚੁਕਤੀ ਚਾਹੀਦੀ ਹੈ ਅੱਖਾਂ ਬੜੀਆਂ ਠੰਡੀਆਂ ਚਾਹੀਦੀਆਂ ਹੈ ਕਦੇ ਗਿਲਣਾ ਨਹੀਂ ਇਸ ਦੇ ਅੰਗਤ ਦਾ ਵੀ ਮਿਸਾਲ ਹੈ ਬਿਲਕੁਲ ਡੋਲਸੀ ਤੁਸੀਂ ਸਾਰੇ ਮਹਾਵੀਰ ਹੋ ਜੋ ਕੁਝ ਬੀਤ ਗਿਆ ਉਸ ਨੂੰ ਯਾਦ ਨਹੀਂ ਕਰਨਾ ਹੈ ਸਦਾ ਖੁਸ਼ ਰਹਿਣਾ ਹੈ ਡਰਾਮੇ ਤੇ ਅਟਲ ਰਹਿਣਾ ਹੈ ਬਾਪ ਖੁਦ ਕਹਿੰਦੇ ਹੈ ਮੈਂ ਵੀ ਡਰਾਮੇ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ ਬਾਕੀ ਹੋਰ ਕੋਈ ਗੱਲ ਨਹੀਂ ਕ੍ਰਿਸ਼ਨ ਦੇ ਲਈ ਲਿਖਿਆ ਹੈ ਕਿ ਸਵਦਰਸ਼ਨ ਚੱਕਰ ਨਾ ਮਾਰਿਆ ਇਹ ਸਭ ਕਹਾਣੀਆਂ ਹੈ ਬਾਪ ਤਾਂ ਹਿੰਸਾ ਕਰ ਨਹੀਂ ਸਕਦੇ ਇਹ ਤਾਂ ਬਾਪ ਟੀਚਰ ਹੈ ਮਰਨ ਦੀ ਤਾਂ ਕੋਈ ਗੱਲ ਨਹੀਂ ਹੈ ਇਹ ਗੱਲਾਂ ਇਸ ਸਮੇਂ ਦੀਆਂ ਹੈ ਇਸ ਇੱਕ ਪਾਸੇ ਢੇਰ ਮਨੁੱਖ ਹੈ ਦੂਜੇ ਪਾਸੇ ਤੁਸੀਂ ਹੋ ਜਿਨ੍ਹਾਂ ਨੇ ਆਣਾ ਹੋਵੇਗਾ ਆਉਂਦੇ ਰਹਿਣਗੇ ਕਲਪ ਪਹਿਲੇ ਦੀ ਤਰ੍ਹਾਂ ਪਦਵੀ ਪਾਉਂਦੇ ਰਹਿਣਗੇ ਇਸ ਵਿੱਚ ਚਮਤਕਾਰ ਦੀ ਗੱਲ ਨਹੀਂ ਬਾਪ ਰਹਿਮਦਿਲ ਹੈ ਦੁੱਖ ਹਰਤਾ ਸੁਖ ਕਰਤਾ ਹੈ ਫਿਰ ਦੁੱਖ ਕਿਵੇਂ ਦਵੇਗਾ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਦਰਨ ਲਈ ਮੁੱਖ ਆਸਾਰ ਨੰਬਰ ਇੱਕ ਪਰ ਘਟ ਤੋਂ ਘਟ 8 ਘੰਟੇ ਈਸ਼ਵਰੀਆ ਗਰਮਨ ਦੀ ਨੌਕਰੀ ਕਰ ਆਪਣਾ ਟਾਈਮ ਸਫਲ ਕਰਨਾ ਹੈ ਬਾਪ ਵਾਂਗੂ ਗੁਣਵਾਨ ਬਣਨਾ ਹੈ ਨੰਬਰ ਦੂਸਰਾ ਜੋ ਬੀਤ ਗਿਆ ਉਸ ਨੂੰ ਯਾਦ ਨਹੀਂ ਕਰਨਾ ਹੈ ਬੀਤੀ ਨੂੰ ਬੀਤੀ ਕਰ ਸਦਾਇਵ ਖੁਸ਼ ਰਹਿਣਾ ਹੈ ਡਰਾਮੇ ਤੇ ਡੋਲ ਰਹਿਣਾ ਹੈ ਵਰਦਾਨੇ ਚ ਦਾ ਸੰਕਲਪ ਬੋਲ ਅਤੇ ਕਰਮ ਦੇ ਵਿਅਰਥ ਨੂੰ ਸਮਰਥ ਵਿੱਚ ਬਦਨ ਵਾਲੇ ਹੋਲੀ ਹੰਸ ਭਵ ਸੰਕਲਪ ਬੋਲ ਅਤੇ ਕਰਮ ਦੇ ਵਿਅਰਥ ਨੂੰ ਸਮਰਥ ਵਿੱਚ ਬਦਲਣ ਵਾਲੇ ਹੋਲੀ ਹੰਸ ਭਵ ਅੱਜ 바ਬਾ ਆਖਦੇ ਨੇ ਹੋਲੀ ਹੰਸ ਦਾ ਮਤਲਬ ਹੈ ਸੰਕਲਪ ਬੋਲ ਅਤੇ ਕਰਮ ਦੇ ਵਿਅਰਥ ਨੂੰ ਸਮਰਥ ਵਿੱਚ ਬਦਲਣ ਵਾਲੇ ਕਿਉਂਕਿ ਵਿਅਰਥ ਜਿਵੇਂ ਪੱਥਰ ਹੁੰਦਾ ਹੈ ਪੱਥਰ ਦੀ ਵੈਲਿਊ ਨਹੀਂ ਰਤਨ ਦੀ ਵੈਲਿਊ ਹੁੰਦੀ ਹੈ ਹੋਲੀ ਹੰਸ ਫੌਰਨ ਪਰਖ ਲੈਂਦਾ ਹੈ ਕਿ ਇਹ ਕੰਮ ਦੀ ਚੀਜ਼ ਨਹੀਂ ਹੈ ਇਹ ਕੰਮ ਦੀ ਹੈ ਕਰਮ ਕਰਦੇ ਸਿਰਫ ਇਹ શ્રીਮਤ ਸਮ੍ਰਿਤੀ ਇਮਰਜ ਰਹੇ ਕਿ ਅਸੀਂ ਰਾਜੂਗੀ ਨੌਲੇਜਫੁੱਲ ਆਤਮਾਵਾਂ ਰੂਲਿੰਗ ਅਤੇ ਕੰਟਰੋਲਿੰਗ ਪਾਵਰ ਵਾਲੀਆਂ ਹਾਂ ਤਾਂ ਵਿਅਰਥ ਜਾ ਨਹੀਂ ਸਕਦਾ ਇਹ ਸਮ੍ਰਿਤੀ ਹੋਲੀ ਹੰਸ ਬਣਾ ਦਵੇਗੀ ਸਲੋਗਨਜ ਦਾ ਜੋ ਖੁਦ ਨੂੰ ਉਸ ਦੇ ਰੂਪੀ ਮਕਾਨ ਵਿੱਚ ਮਹਿਮਾਨ ਸਮਝਦੇ ਹੈ ਉਹੀ ਨਿਰਮੋਹੀ ਰਹਿ ਸਕਦੇ ਹੈ ਜੋ ਖੁਦ ਨੂੰ ਉਸ ਦੇ ਰੂਪੀ ਮਕਾਨ ਵਿੱਚ ਮਹਿਮਾਨ ਸਮਝਦੇ ਹੈ ਉਹੀ ਨਿਰਮੋਹੀ ਰਹਿ ਸਕਦੇ ਹੈ ਅੱਛਾ ਓਮ ਸ਼ਾਂਤੀ